सब तो पहला था मेरा दरगाह बाबा पंच पीर जी दी सारी प्रबंधक कमेटी का मैं बहुत धन्यवादी हाँ जिन्होंने कि मैनू इत्थे पहली बार स्टेज के उपर गाउण का मौका दिता। मैं गाउण का शौक रखदा पर पहली बारी सारे ने कहा कि जरूर गाना चाहिए तो पहली बारी मैं स्टेज के उपर परफॉर्म कर रहा तो गाना आता नहीं है अपना मन परचावा जरूर करदा तो कोशिश करांगा कि जिन्ना भी गावा कि वह सारे आप जी को पसंद आए। सो मैं बहुत ही धन्यवादी हाँ परशोत्तम भाई साढ़े इन्हों काफ़ी समय तो मिलते हैं तो बहुत ही वधिया ने सनी भाजी खान खाना तो अमन जी भाजी मनीष भाजी और मैं ज़्यादा समा ना लेंदा होया मैं आप जी दे नाल एक गीत दे नाल शुरुआत करांगा।
बंद हो गया चार्जर उधरों बंद नहीं कर दिता ਹਾਂਜੀ ਗੱਲ ਕਰਨ ਲੱਗੇ ਆ ਜੀ ਰਿਸ਼ਤਿਆਂ ਦੀ ਜੋ ਕਿ ਅੱਜ ਘਰਾਂ ਦੇ ਵਿੱਚੋਂ ਖਤਮ ਹੁੰਦੇ ਜਾ ਰਹੇ ਨੇ ਔਰ ਰਿਸ਼ਤਿਆਂ ਦੀ ਗੱਲ ਕਰਨ ਲੱਗੇ ਆ ਮਾਪਿਓ ਦੇ ਵਜੋਂ ਵੀ ਘਰ ਸੁਨਾ ਹੋ ਜਾਵੇ ਸਾਹਾਂ ਵਰਗੇ ਸਾਕ ਸਹਾਰੇ ਦੇ ਲਈ ਚਾਹੀਦੇ ਪੈਣਾ ਪਾਈਆਂ ਵਰਗਾ ਜੱਗ ਵਿੱਚ ਕੋਈ ਹੋਰ ਨਹੀਂ ਰੱਬ ਦੇ ਹਾਣੀ ਇਹ ਗੁਜ਼ਾਰੇ ਦੇ ਲਈ ਚਾਹੀਦੇ ਕੰਮ ਕਰ ਤਾਂ ਮੰਗਲਾ ਐਦਾਂ ਹੀ ਚੱਲਦੇ ਰਹੇ ਪਿਆਰ ਦੇ ਕੁਝ ਪਲ ਜਾਨੋ ਪਿਆਰੇ ਦੇ ਲਈ ਚਾਹੀਦੇ ਮਾਪੇ ਫੁੱਲਾਂ ਵਾਂਗ ਸੰਭਾਲੋ ਦੀ ਰੁਸਣ ਤੇ ਆਪ ਮਨਾ ਲਓ ਕਹੀ ਜਮਣਾ ਮੁਰਗੇ ਇੱਕ ਤਾਂ ਬਣ ਗਿਆ ਨਹੀਂ ਆ
ਰੋਟੀ ਸਜਣਾ ਪੱਕਦੀ ਨਹੀਂ ਹੁੰਦੀ ਉਹ ਤਾਂ ਮੁੜ ਕੇ ਪੱਕਦੀ ਨਹੀਂ।
धन्यवाद। ਤੁਹਾਡੀ ਜਿੱਦਾਂ ਤੁਸੀਂ ਕਹੋਗੇ। ਹਾਂਜੀ ਬਹੁਤ ਖੂਬ ਆਵਾਜ਼। ਹਾਲਾਂਕਿ ਮੈਨੂੰ ਪ੍ਰੋਗਰਾਮ ਤੋਂ ਪਹਿਲਾਂ ਦੱਸਿਆ ਗਿਆ ਸੀ ਵੀ ਗਲੇ ਦੇ ਵਿੱਚ ਕੋਈ ਪ੍ਰੋਬਲਮ ਚੱਲਦੀ ਹੈ, ਪਰ ਸੁਰਾਂ ਦੇ ਨਾਲ ਬਿਲਕੁਲ ਉਹਨਾਂ ਨੇ ਨੇਕ ਨੀਤੀ ਕੀਤੀ ਹੈ। ਸ਼ਾਇਦ ਉਹ ਪੀਰਾਂ ਦੀ ਰਹਿਮਤ ਹੈ, ਪੀਰਾਂ ਦੀ ਕਰਾਮਾਤ ਹੈ ਜੋ ਕਿ ਸੰਗਤ ਦੀ ਸੇਵਾ ਕਰਕੇ ਗਏ ਨੇ। ਹੁਣ ਮੈਂ ਇੱਕ ਵਾਰ ਫਿਰ ਹਾਜ਼ਰੀ ਇਹਨਾਂ ਨੂੰ ਲਵਾਵਾਂਗਾ। ਇਹਨਾਂ ਨੂੰ ਬੇਨਤੀ ਹੈ ਕਿ ਪੰਡਾਲ ਦੇ ਵਿੱਚੋਂ ਤੁਸੀਂ ਜਾਣਾ ਨਹੀਂ, ਆਪਣੀ ਹਾਜ਼ਰੀ ਬਣਾਈ ਰੱਖਣੀ ਆ। ਤੁਹਾਨੂੰ ਫਿਰ ਮੌਕਾ ਅਸੀਂ ਦੇਵਾਂਗੇ। ਹੁਣ ਮੈਂ ਅਗਲਾ ਸੱਦਾ ਦੇ ਰਿਹਾ ਲੱਖਾਂ ਭਰਮ ਜਾਣਾ ਜੀ, ਸਿਰਫ 10 ਮਿੰਟ ਵਾਸਤੇ ਸੰਗਤਾਂ ਦੇ ਰੂਬਰੂ ਦਰਬਾਰ 'ਤੇ ਹਾਜ਼ਰੀ।